पंजाब सरकार दे मिनी लॉकडाउन दा विरोध दिनों दिन तेज हुंदा जा रहा है। इस लॉकडाउन दे विरोध च समराला विखे समूह दुकानदारा ने एकता दा सबूत दिंदे होए थाने बाहर धरना दिता अते अपनियां चाबियां पुलिस नूं सौंपदे होए दुकाना प्रशासन नूं खुद चलाउण दी गल कही गई। दस दिए कि प्रदर्शनकारियां ने लुधियाना चंडीगढ़ हाईवे उपर भी धरना लगाया अते आवाजाई दी जाम कीती गई। दुकानदारा खिलाफ ही मुकदमा दर्ज किया है जो कांग्रेस तो बिना होरना पार्टियां नाल जुड़े हुए सन। इस दे विरोध च शहर बंद रखा गया। कई जथेबंदियां कई जिहड़े दुकानदार एसोसिएशनां ने ओ इस गल तो नाराज सी के साडे किते नूं प्रमुखता नहीं दित्ती गई, सिर्फ करियाना जां एसेंशियल कमोडिटीज़ वालियां नूं इन्हां ने प्राथमिकता दे के मिनी लॉकडाउन लाता। लोगों ने उस दिन विद्रोह किया, जथेबंदियां समाज सेवी जथेबंदियां अपनी आवाज़ पहुँचाउण दे लई उस दिन इन्हां दे कोल आईयां बाज़ार दे विच, तां उत्थे मुलाजमां दे नाल जिहड़ी तूं तूं मैं मैं होई। उस तों बाद उत्थे इक धरना लग्गिया, धरने दे विच सारी बाज़ार दे सारियां यूनियनां दे आगू शामिल सीगे, फिर भी समराला पुलिस ने राजनीतिक पक्ष दे लैंदे हुए बंदे चुन चुन के जिहड़े बंदे उस धरने दे विच हाजिर भी नहीं सी, जिहड़े लंघदे जांदे खड़े सी भीड़ नूं देख के, उहनां नूं भी उस परचे दे विच शामिल कीता। 20 बंदियां दे खिलाफ नजायज़ तौर ते परचा दित्ता। अज असीं सारी दुकानदार भरावां नाल सारियां एसोसीएशनां नाल इकट्ठे हो के अपनी मंग लै के आए सी पुलिस प्रशासन दे कोल कि जिहड़ा इह तुसीं नजायज़ तरीके नाल काणी वंड वाला तरीका अपना के परचा दर्ज किया, ਇਹਦੇ ਵੱਲ ਧਿਆਨ ਦਿਓ, ਇਹਦੀ ਪ੍ਰੋਪਰ ਇਨਕੁਆਇਰੀ ਕਰੋ। ਜਿਹੜੇ ਉਹ ਲੋਕ ਉਸ ਪਰਚੇ ਵਿੱਚ ਸ਼ਾਮਿਲ ਨੇ ਉਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈਗੇ, ਸਮਾਜਿਕ ਲੋਕ ਨੇ, ਕਾਨੂੰਨ ਨੂੰ ਮੰਨਣ ਵਾਲੇ ਲੋਕ ਨੇ, ਉਹਨਾਂ ਦੇ ਨਾਲ ਇਹੋ ਜਿਹਾ ਹਾਰਸ਼ ਸਟੈਪ ਆ ਜਿਹੜਾ ਉਹ ਨਾ ਚੱਕਿਆ ਜਾਵੇ। ਸ਼ਰਮਾ ਜੀ, ਪ੍ਰਸ਼ਾਸਨ ਦਾ ਇਹ ਕਹਿਣਾ ਵੀ 20 ਬੰਦਿਆਂ ਦੇ ਨੌਨ ਪਰਚਾ ਦਿੱਤਾ ਗਿਆ, 35 ਅਣਪਛਾਤੇ ਮਾਸਕ ਲੱਗੇ ਸਨ, ਟਰੇਸ ਕਰਕੇ ਉਹਨਾਂ 'ਤੇ ਵੀ ਜਿਹੜੇ ਰਹਿੰਦੇ ਨੇ ਉਹਨਾਂ 'ਤੇ ਵੀ ਪਰਚਾ ਦਿੱਤਾ ਜਾਊਗਾ, ਇਹਦੇ ਬਾਰੇ ਤੁਹਾਡਾ ਕਹਿਣਾ? ਦੇਖੋ ਵੀਰ ਜੀ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ, ਪੱਤਰਕਾਰ ਭਰਾ, ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਪਰਚਿਆਂ ਦੇ ਵਿੱਚ ਅਨਨੋਨ ਰੱਖਣ ਦਾ ਕੀ ਮਤਲਬ ਹੁੰਦਾ। ਸਮਰਾਲਾ ਨਗਰ ਕੌਂਸਲ ਦਾ ਉਹਨਾਂ ਦੇ ਮੂੰਹ ਤੇ ਮਾਸਕ ਲੱਗੇ ਸੀ। ਉਹ ਵੀਰ ਜੀ, ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ, ਤੁਹਾਨੂੰ ਵੀਡੀਓ ਤੁਹਾਡੀਆਂ ਹੀ ਬਣਾਈਆਂ ਹੋਈਆਂ ਵੀਡੀਓਜ਼ ਨੇ, ਕਿਹੜੇ ਕਿਤੇ ਕਿਤੇ ਮਾਸਕ ਲੱਗਿਆ ਸੀ, ਕਿਤੇ ਕਿਤੇ ਨਹੀਂ ਲੱਗਿਆ ਹੋਇਆ ਸੀ। ਅਸੀਂ ਇਸ ਗੱਲ ਦੇ ਵੱਲ ਨਹੀਂ ਜਾਂਦੇ, ਜੇ ਪੁਲਿਸ ਇਹੀ ਚਾਹੁੰਦੀ ਆ ਕਿ ਅਸੀਂ ਉਹਨਾਂ ਦੇ ਨਾਂ ਇਨਕਸ਼ਾਫ ਕਰੀਏ ਜਿਨ੍ਹਾਂ ਨੂੰ ਉਹਨਾਂ ਨੇ ਇੰਟੈਂਸ਼ਨਲੀ ਛੱਡਿਆ ਆ, ਤਾਂ ਫਿਰ ਅਸੀਂ ਵੀ ਕਰ ਦਾਂਗੇ। ਇਹ ਸਾਡੀ ਅੱਜ ਮੀਟਿੰਗ ਹੋਣੀ ਆ 3 ਵਜੇ, ਜੇ ਸਰਕਾਰ ਸਾਡੇ ਨਾਲ ਉਸ ਪਾਸੇ ਨੂੰ ਆਉਣਾ ਚਾਹੁੰਦੀ ਆ ਤਾਂ ਬਿਲਕੁਲ ਉਸ ਪਾਸੇ ਨੂੰ ਚੱਲੇ, ਨਹੀਂ ਤਾਂ ਸਾਨੂੰ ਵੀ ਪਤਾ ਵੀ ਉਹ ਜਿਹੜੇ 20 ਨਾਂ ਨੇ ਉਹ ਕਿਵੇਂ ਕਿੱਥੇ ਬਹਿ ਕੇ ਕਿਹਨੇ ਲਿਖੇ ਨੇ, ਕਿਹੜੀ ਕਾਪੀ 'ਤੇ ਲਿਖੇ ਨੇ, ਔਰ ਕਿਹਨੂੰ ਕਦੋਂ ਪਹੁੰਚਾਏ ਨੇ। ਉੱਧਰ ਸਾਬਕਾ ਵਿਧਾਇਕ ਜਗਜੀਵਨ ਪਾਲ ਸਿੰਘ ਖੀਰਨੀਆ ਨੇ ਵੀ ਮੌਜੂਦਾ ਵਿਧਾਇਕ 'ਤੇ ਦੋਸ਼ ਲਗਾਏ ਕਿ ਜਿਹੜੀ ਸੂਚੀ ਪੁਲਿਸ ਨੂੰ ਦਿੱਤੀ ਗਈ ਸੀ ਉਹਨਾਂ ਦੇ ਖਿਲਾਫ ਹੀ ਮੁਕੱਦਮਾ ਦਰਜ ਕੀਤਾ ਗਿਆ ਅਤੇ ਬਾਕੀਆਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਸਰਦਾਰ ਅਮਰੀਕ ਸਿੰਘ ਢਿੱਲੋਂ ਨੇ ਘਰੇ ਗਿਆ, ਉਹਨਾਂ ਨੇ ਕਹਿਤਾ ਵੀ ਆਹ ਲਿਸਟ ਆ ਜੀ, ਉੱਥੇ ਬੈਠ ਕੇ ਵੀ ਕਟਾਈ ਗਈ ਨਹੀਂ, ਆਹ ਨਹੀਂ, ਆਹ ਜਿਹੜਾ ਅਕਾਲੀ ਦਲ ਦਾ ਬੰਦਾ, ਆਮ ਆਦਮੀ ਪਾਰਟੀ ਦਾ ਬੰਦਾ, ਆਹ ਬਹੁਜਨ ਸਮਾਜ ਪਾਰਟੀ ਦਾ ਬੰਦਾ, ਆਹ ਭਾਰਤੀ ਕਿਸਾਨ ਜੁਮੇ, ਇਹਨਾਂ ਦੇ ਸਾਰਿਆਂ ਦੇ ਉੱਤੇ ਪਰਚਾ, ਆਹ ਦੁਕਾਨਦਾਰ ਜਿਹੜੇ ਮੂਹਰੇ ਹੋ ਕੇ ਇਹ ਆਵਾਜ਼ ਲੋਕਾਂ ਦੀ ਚੱਕਦੇ ਨੇ, ਉਹਨਾਂ 'ਤੇ ਪਰਚੇ ਦਰਜ ਕਰ ਦਿੱਤੇ। ਤੂੰ ਤੁਹਾਡੇ, ਮੈਂ ਸਮਝਦਾ ਕਿ ਤੁਹਾਡੇ ਇਸ ਚੈਨਲ ਦੇ ਉੱਤੇ ਹੀ ਕਾਂਗਰਸੀ, ਮੈਂ ਕੌਂਸਲਰ, ਤੁਹਾਡੇ ਕੋਲ ਵੀਡੀਓ ਵੀ ਹੈ, ਮੇਰੇ ਕੋਲ ਵੀ ਵੀਡੀਓ ਆ, ਉਹਦੇ ਵਿੱਚ SHO ਸਾਹਿਬ ਅਤੇ ਉਹਦੇ ਨਾਲ ਕੌਂਸਲਰ ਕੁਝ ਖੜੇ ਸੀ ਕਾਂਗਰਸ ਦੇ, ਉਹ ਵੀ ਵਿੱਚ ਮੌਜੂਦ ਸੀ, ਲੇਕਿਨ ਉਹਨਾਂ 'ਤੇ ਪਰਚਾ ਨਹੀਂ ਦਰਜ ਹੋਇਆ। ਸਾਨੂੰ ਇਹ ਨਹੀਂ ਵੀ ਉਹਨਾਂ 'ਤੇ ਕਿਉਂ ਨਹੀਂ ਹੋਇਆ, ਮੈਂ ਸਮਝਦਾ ਕਿ ਤੁਸੀਂ ਧੱਕਾ ਕੀਤਾ, ਕੋਈ ਗੱਲ ਨਹੀਂ, ਲੇਕਿਨ ਅੱਜ ਅਸੀਂ ਬੰਦ ਦੀ ਕਾਲ 3 ਵਜੇ ਤੱਕ ਦੁਕਾਨਦਾਰ ਭਰਾ, ਸਮੁੱਚਾ ਦੁਕਾਨਦਾਰ ਭਾਈਚਾਰਾ ਸਾਡੇ ਨਾਲ ਅੱਜ ਤੁਰ ਕੇ ਥਾਣੇ ਦੇ ਮੂਹਰੇ ਅਸੀਂ ਧਰਨਾ ਦੇ ਰਹੇ ਹਾਂ। ਅਸੀਂ ਗ੍ਰਿਫਤਾਰੀ ਦੇਣ ਦੇ ਲਈ, ਇਹ ਨਾ ਕਰੇ ਵੀ ਕੱਲ੍ਹ ਨੂੰ ਸਾਨੂੰ ਪੁਲਿਸ ਗ੍ਰਿਫਤਾਰ ਲਈ, ਅਸੀਂ ਆਪ ਖੁਦ ਆਏ ਹਾਂ ਵੀ ਅਸੀਂ ਆਪ ਵੀ ਗ੍ਰਿਫਤਾਰੀ ਦੇਵਾਂਗੇ, ਸਾਡੇ ਦੁਕਾਨਦਾਰ ਭਰਾ ਵੀ ਗ੍ਰਿਫਤਾਰੀ ਦੇਣਗੇ। 30 ਬੰਦੇ ਨਹੀਂ, 100, 150, 200 ਬੰਦਾ ਆਇਆ ਗ੍ਰਿਫਤਾਰੀ ਦੇਣ, ਨਾਲੇ ਚਾਬੀਆਂ ਲੈ ਕੇ ਆਏ ਨੇ ਵੀ ਪੁਲਿਸ ਪ੍ਰਸ਼ਾਸਨ ਆ, ਜਿਹੜਾ ਪ੍ਰਸ਼ਾਸਨ ਸਾਡੀਆਂ ਦੁਕਾਨਾਂ ਉਹ ਬੰਦ ਪਈਆਂ, ਇਹਨਾਂ ਨੂੰ ਖੋਲ੍ਹ ਕੇ ਭਾਈ ਚਲਾ ਸਕਦਾ। ਉੱਥੇ ਥਾਣਾ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਿਆਸੀ ਮਸਲਾ ਬਣਾਇਆ ਜਾ ਰਿਹਾ ਹੈ ਅਤੇ 4 ਮਈ ਨੂੰ ਭੀੜ ਕਰਕੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ, ਜਿਸ ਕਾਰਨ ਉਹਨਾਂ ਵੱਲੋਂ ਦੁਕਾਨਦਾਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਕਿਹਾ ਕਿ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਇਹ ਮਾਮਲਾ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਉਹ ਇੱਥੇ ਆਏ ਨੇ, ਇਹਨਾਂ ਨੇ 2-3 ਦਿਨ ਪਹਿਲਾਂ ਬਾਜ਼ਾਰ ਦੇ ਵਿੱਚ ਕੋਵਿਡ-19 ਦੀਆਂ ਜਿਹੜੀਆਂ ਇੰਸਟਰਕਸ਼ਨ ਆਈਆਂ ਸੀ ਪੰਜਾਬ ਸਰਕਾਰ ਵੱਲੋਂ, ਉਹਦੀ ਵਾਇਲੇਸ਼ਨ ਦੇ ਵਿੱਚ ਇਹਨਾਂ ਨੇ ਡੱਬੀ ਬਾਜ਼ਾਰ ਕੋਲ ਧਰਨਾ ਲਾਤਾ ਸੀ, ਜੋ ਕਿ ਇਹਨਾਂ ਦਾ ਉਹ ਧਰਨਾ ਬਿਲਕੁਲ ਗੈਰ ਕਾਨੂੰਨੀ ਸੀ। ਇਹਨਾਂ ਨੂੰ ਸਮਝਾਇਆ ਗਿਆ ਸੀ ਵੀ ਜੇਕਰ ਤੁਹਾਡਾ ਕੋਈ ਰੋਸ ਆ, ਕੋਈ ਆਪਦਾ ਮੈਮੋਰੈਂਡਮ ਦੇਣਾ, ਤਾਂ ਜਾ ਕੇ ਤਹਿਸੀਲਦਾਰ, SDM ਸਾਹਿਬ ਨੂੰ ਦੇਵੋ ਕਿ ਉਹ ਅੱਗੇ ਫਾਰਵਰਡ ਕਰਨਗੇ।
अगे जो जहाँ भी फैसला सरकार ने लैना वो मुताबिक ही कार्रवाई की जाए। और बड़ा वधिया लिखा है भी जेकर कोई भी बंदा इस इंस्ट्रक्शन की वायलेशन करूँगा तो वो खिलाफ 188 से डिजास्टर मैनेजमेंट एक्ट के अधीन कार्रवाई होगी। वो जिहड़ा बंदा सी इन्हां नूं जिहड़ा साडे वल्लों समझाउण दी गल सी असीं समझाती, उस तो बाद इन्होंने जिहड़ा धरना लाया वो मुताबिक जिहड़ी साडी कार्रवाई बनती सी असीं उह करती। नहीं नहीं साढ़े वालों यह जी कोई गल नहीं की गई। जोड़ा यह धरना लग्या जिहड़े जिहड़े भी बंदे उत्थे ऑन लिस्ट होए उन्होंने खिलाफ कार्रवाई की गई है। वो 35-40 अननोन बंदे भी ने, कई मास्क लगे हुए सी नहीं पहचान हो रही थी, वो मुताबिक असी अपनी वीडियोग्राफी कराई हुई है। वीडियोग्राफी अगे असी नैरो डाउन कर लेना जिहड़ा जिहड़ा भी कोई दोषी होगा वो मुताबिक असी जो बनती कार्रवाई है वह कर सकते हैं। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਮਿੰਨੀ ਲੋਕਡਾਊਨ ਦੇ ਵਿਰੋਧ ਚ ਬੀਤੀ 4 ਮਈ ਨੂੰ ਸਮਰਾਲਾ ਵਿਖੇ ਵੱਖ-ਵੱਖ ਜਥੇਬੰਦੀਆਂ ਨੇ ਧਰਨਾ ਲਗਾਇਆ ਸੀ ਤਾਂ ਇਸ ਦੌਰਾਨ ਪੁਲਿਸ ਨੇ ਕੋਵਿਡ-19 ਦੇ ਨਿਯਮਾਂ ਦੀਆਂ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕਦਮੇ ਦਰਜ ਕੀਤੇ ਸਨ ਅਤੇ ਇਸ ਮੁਕਦਮੇ ਦੇ ਵਿਰੋਧ ਦੇ ਵਿੱਚ ਅੱਜ ਦੁਕਾਨਦਾਰਾਂ ਨੇ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਬੰਦ ਕਰਦੇ ਹੋਏ ਰੋਸ ਵਜੋਂ ਸਮਰਾਲਾ ਸ਼ਹਿਰ ਬੰਦ ਰੱਖਿਆ ਅਤੇ ਸਮਰਾਲਾ ਦੇ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਤੇ ਪ੍ਰਸ਼ਾਸਨ ਖਿਲਾਫ ਜਾਮ ਕੇ ਨਾਰੇਬਾਜ਼ੀ ਕੀਤੀ ਗਈ। ਸਮਰਾਲਾ ਤੋਂ ਵਰੁਣ ਕੌਸ਼ਲ ਦੀ ਰਿਪੋਰਟ। ਮੀਆਂ ਰਫੀਕ ਮੁਹੰਮਦ, ਸਾਰੀਆਂ ਥਾਵਾਂ ਤੋਂ ਮਾਯੂਸ ਅਤੇ ਨਿਰਾਸ਼ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਛਣਬਣ, ਜਾਦੂ ਟੋਣਾ, ਮਣਮੋਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ, ਮੋਬਾਈਲ 84-374-94-44-84-374-94-48। पंडित राधे शर्मा, चमत्कार हुंदे वेखो अपनी अखां दे सामने, 24 घंटे विच पाओ हर परेशानी दा हल, मुसलमानी, रूहानी अते काले इलम दे बादशाह, मेरे कीते नूं मेरे तो इलावा कोई कट नहीं सकदा, मोड़ी, वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो तन मिलेगा जां नहीं, सच्चाई जानो, लॉटरी नंबर पाओ 649 होवे जां लोटोमैक्स, तुहाडी हर गल 100% गुप्त रखी जावेगी, प्यार विच धोखा खाए प्रेमी प्रेमिका इक बार जरूर मिलो, मैं तुहाडा प्यार टुटन नहीं देवांगा, मोबाइल 98-788-045-88-6-17। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।